सब तो पहला तो मैं पार्टी के प्रधान सरदार सुखबीर सिंह जी बादल साहब का तहे दिलों धन्यवाद करना चाहना है कि जिन्हां ने लोगों की आवाज़ को पछाणते हुए दास राजविंदर सिंह धर्मकुट को ये लोक सभा तो टिकट दे के नवाजा है। और मैं उन्होंने ये विश्वास भी दवाना है कि ये टिकट जी है लोगों के सहयोग के नाल सारे दे प्रेम के नाल ये जीत के पार्टी की झोली पाई जाएगी। ਕਿਹੜੇ ਮੇਨ ਮੁੱਦੇ ਕਿਹੜੇ ਹੋਣਗੇ ਤੁਹਾਡੇ ਜੀ ਜਿਨ੍ਹਾਂ ਦੇ ਆਧਾਰ ਤੇ ਚੋਣ ਮੈਦਾਨ ਦੇ ਵਿੱਚ ਆਉਂਗੇ? ਮੇਨ ਮੁੱਦੇ ਦੇਖੋ ਸਭ ਤੋਂ ਵੱਡੀ ਹੈ ਕਿ ਜਿਹੜੀ ਇਸ ਸਮੇਂ ਸੂਬੇ ਦੇ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਜਿਹੜੀ ਬਿਲਕੁਲ ਹੀ ਨਾਜ਼ੁਕ ਬਣੀ ਹੋਈ ਹੈ, ਲੋਕ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ। ਅਸੀਂ ਸਭ ਤੋਂ ਵੱਡੀ ਲੋਕਾਂ ਨੂੰ ਅਮਨ ਤੇ ਸ਼ਾਂਤੀ ਦਾ ਮਾਹੌਲ ਅਸੀਂ ਦੇਣਾ ਹੈ ਤਾਂ ਕਿ ਇੱਕ ਆਪਸ ਵਿੱਚ ਉਹਨਾਂ ਦੇ ਇੱਕ ਭਾਈਚਾਰਕ ਸਾਂਝ ਵੀ ਬਣੀ ਰਹੇ ਔਰ ਉਹ ਆਪਣੇ ਆਪਣੇ ਕਾਰੋਬਾਰ ਭਾਵੇਂ ਵੱਡੇ ਹੋਣ ਭਾਵੇਂ ਛੋਟੇ ਹੋਣ ਬੜੀ ਸ਼ਾਂਤੀ ਦੇ ਨਾਲ ਕਰ ਸਕਣ। ਤੁਹਾਡੇ ਸਾਹਮਣੇ ਦੋ ਵੱਡੀਆਂ ਹਸਤੀਆਂ ਨੇ ਇਸ ਵਾਰ, ਦੋਨੋਂ ਹੀ ਸੰਗੀਤ ਜਗਤ ਨਾਲ ਜੁੜੀਆਂ ਹੋਈਆਂ ਨੇ, ਕਿਵੇਂ ਫੇਸ ਕਰ ਪਾਉਂਗੇ ਉਹਨਾਂ ਨੂੰ? ਦੇਖੋ ਅਸੀਂ ਆਪਣੀ ਪ੍ਰਾਪਤੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਦੋਂ ਉਹਨਾਂ ਦੀ ਸਰਕਾਰ ਰਹੀ ਹੈ ਅਕਾਲੀ ਦਲ ਦੀ ਉਦੋਂ ਜਿੰਨੇ ਵੀ ਕੰਮ ਕਾਰਜ ਵਿਕਾਸ ਕਾਰਜ ਕਰਵਾਏ ਹੈ ਅਸੀਂ ਉਹਨਾਂ ਦੇ ਬਿਹਾਫ ਦੇ ਉੱਤੇ ਲੋਕਾਂ ਦੇ ਵਿੱਚ ਜਾਵਾਂਗੇ ਕਿਉਂਕਿ ਜਿੰਨੇ ਕੰਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਏ ਆ ਮਾਣਯੋਗ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਜਿੰਨੇ ਉਹਨਾਂ ਨੇ ਵਿਕਾਸ ਕਰਵਾਏ ਆ ਉਹਨੇ ਅੱਜ ਤੱਕ ਕਿਸੇ ਪਾਰਟੀ ਕੋਲੋਂ ਉਹ ਵਿਕਾਸ ਨਹੀਂ ਹੋ ਸਕਿਆ ਕਿਉਂਕਿ ਖੇਤਰੀ ਪਾਰਟੀ ਹੋਣ ਕਰਕੇ ਹਮੇਸ਼ਾ ਪੰਜਾਬ ਦੇ ਹਿੱਤਾਂ ਨੂੰ ਹੀ ਤਰਜੀਹ ਦਿੱਤੀ ਗਈ ਹੈ ਪਾਰਟੀ। ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਜਿਨ੍ਹਾਂ ਨੇ ਲੋਕਾਂ ਦੀ ਆਵਾਜ਼ ਨੂੰ ਪਛਾਣਦੇ ਹੋਏ ਦਾਸ ਰਾਜਵਿੰਦਰ ਸਿੰਘ ਧਰਮਕੋਟ ਨੂੰ ਇਹ ਲੋਕ ਸਭਾ ਤੋਂ ਟਿਕਟ ਦੇ ਕੇ ਨਵਾਜਿਆ ਹੈ ਔਰ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਵੀ ਦਵਾਉਂਦਾ ਹਾਂ ਕਿ ਇਹ ਟਿਕਟ ਜਿਹੜੀ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਸਾਰਿਆਂ ਦੇ ਪ੍ਰੇਮ ਦੇ ਨਾਲ ਇਹ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਏਗੀ। ਕਿਹੜੇ ਮੇਨ ਮੁੱਦੇ ਕਿਹੜੇ ਹੋਣਗੇ ਤੁਹਾਡੇ ਜੀ ਜਿਨ੍ਹਾਂ ਦੇ ਆਧਾਰ ਤੇ ਚੋਣ ਮੈਦਾਨ ਦੇ ਵਿੱਚ ਆਉਂਗੇ? ਮੇਨ ਮੁੱਦੇ ਦੇਖੋ ਸਭ ਤੋਂ ਵੱਡੀ ਹੈ ਕਿ ਜਿਹੜੀ ਇਸ ਸਮੇਂ ਸੂਬੇ ਦੇ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਜਿਹੜੀ ਬਿਲਕੁਲ ਹੀ ਨਾਜ਼ੁਕ ਬਣੀ ਹੋਈ ਹੈ, ਲੋਕ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ। ਅਸੀਂ ਸਭ ਤੋਂ ਵੱਡੀ ਲੋਕਾਂ ਨੂੰ ਅਮਨ ਤੇ ਸ਼ਾਂਤੀ ਦਾ ਮਾਹੌਲ ਅਸੀਂ ਦੇਣਾ ਹੈ ਤਾਂ ਕਿ ਇੱਕ ਆਪਸ ਵਿੱਚ ਉਹਨਾਂ ਦੇ ਇੱਕ ਭਾਈਚਾਰਕ ਸਾਂਝ ਵੀ ਬਣੀ ਰਹੇ ਔਰ ਉਹ ਆਪਣੇ ਆਪਣੇ ਕਾਰੋਬਾਰ ਭਾਵੇਂ ਵੱਡੇ ਹੋਣ ਭਾਵੇਂ ਛੋਟੇ ਹੋਣ ਬੜੀ ਸ਼ਾਂਤੀ ਦੇ ਨਾਲ ਕਰ ਸਕਣ। ਤੁਹਾਡੇ ਸਾਹਮਣੇ ਦੋ ਵੱਡੀਆਂ ਹਸਤੀਆਂ ਨੇ ਇਸ ਵਾਰ, ਦੋਨੋਂ ਹੀ ਸੰਗੀਤ ਜਗਤ ਨਾਲ ਜੁੜੀਆਂ ਹੋਈਆਂ ਨੇ, ਕਿਵੇਂ ਫੇਸ ਕਰ ਪਾਉਂਗੇ ਉਹਨਾਂ ਨੂੰ? ਦੇਖੋ ਅਸੀਂ ਆਪਣੀ ਪ੍ਰਾਪਤੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਦੋਂ ਉਹਨਾਂ ਦੀ ਸਰਕਾਰ ਰਹੀ ਹੈ ਅਕਾਲੀ ਦਲ ਦੀ ਉਦੋਂ ਜਿੰਨੇ ਵੀ ਕੰਮ ਕਾਰਜ ਵਿਕਾਸ ਕਾਰਜ ਕਰਵਾਏ ਹੈ ਅਸੀਂ ਉਹਨਾਂ ਦੇ ਬਿਹਾਫ ਦੇ ਉੱਤੇ ਲੋਕਾਂ ਦੇ ਵਿੱਚ ਜਾਵਾਂਗੇ ਕਿਉਂਕਿ ਜਿੰਨੇ ਕੰਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਏ ਆ ਮਾਣਯੋਗ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਜਿੰਨੇ ਉਹਨਾਂ ਨੇ ਵਿਕਾਸ ਕਰਵਾਏ ਹੈ ਉਹਨੇ ਅੱਜ ਤੱਕ ਕਿਸੇ ਪਾਰਟੀ ਕੋਲੋਂ ਉਹ ਵਿਕਾਸ ਨਹੀਂ ਹੋ ਸਕਿਆ ਕਿਉਂਕਿ ਖੇਤਰੀ ਪਾਰਟੀ ਹੋਣ ਕਰਕੇ ਹਮੇਸ਼ਾ ਪੰਜਾਬ ਦੇ ਹਿੱਤਾਂ ਨੂੰ ਹੀ ਤਰਜੀਹ ਦਿੱਤੀ ਗਈ ਹੈ ਪਾਰਟੀ।